ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਸੂਕਤ ਕਿਸਾਨ ਮੋਰਚੇ ਵੱਲੋਂ ਅੱਜ 4 ਮਹੀਨੇ ਪੂਰੇ ਹੋਣ ਤੇ ਯਾਨੀ ਕਿ 100 ਦਿਨ ਟੱਪਣ ਤੇ ਆंदोलਨ ਦੇ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀਗਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ ਭਰਪੂਰ ਸਮਰਥਨ ਇਸ ਨੂੰ ਮਿਲ ਰਿਹਾ ਤੁਹਾਨੂੰ ਇੱਕ ਰਾਉਂਡ ਦਿਖਾਣਿਆ ਕਿ ਕਿਸ ਤਰੀਕੇ ਦਾ ਮਾਹੌਲ ਹੈ ਪੂਰੇ ਬਾਜ਼ਾਰوں ਵਿਖਾਨੇ ਫਰੀਦਕੋਟ ਦੇ ਕਿ ਮਾਹੌਲ ਕਿਸ ਤਰੀਕੇ ਦਾ ਹੈ ਆਓ ਨਜ਼ਰ ਮਾਰਦੇ ਹਾਂ ਫਰੀਦਕੋਟ ਦੇ ਹਾਲਾਤ ਤੇ ਕਿ ਫਰੀਦਕੋਟ ਵਾਸੀ ਇਸ ਅ ਅੱਜ ਦੇ ਮੰਦ ਨੂੰ ਕਿੰਨਾ ਕੁ ਸਮਰਥਨ ਦੇ ਰਹੇ ਨੇ ਤਾਂ ਇਸ ਵਕਤ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਫਰੀਦਕੋਟ ਦੇ ਮੇਨ ਬਾਜ਼ਾਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਕਿਹਾ ਜਾਵੇ ਤਾਂ ਸਾਰੀਆਂ ਦੁਕਾਨਾਂ ਹੀ ਤਕਰੀਬਨ ਤਕਰੀਬਨ ਬੰਦ ਨੇ ਤਾਂ ਪੂਰੇ ਬਾਜ਼ਾਰ ਦਾ ਤੁਹਾਨੂੰ 라ਉਂਡ ਲਵਾਉਂਗਾ ਕਿ ਪੂਰੇ ਬਾਜ਼ਾਰ ਦੀ ਹਾਲਾਤ ਹੋਨੇ ਕਿਸ ਤਰੀਕੇ ਦੇ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਦਿਨ ਦੀ ਤਾਂ ਅੱਜ ਦਾ ਦਿਨ ਮੁਰ ਤੋਂ ਜੇਕਰ ਫਰੀਦਕੋਟ ਦੀ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਮੁਰ ਤੋਂ ਉਹੀ ਲੋਕਡਾਊਨ ਵਾਲੇ ਦਿਨ ਯਾਦ ਕਰਵਾ ਰਿਹਾ ਜਦੋਂ ਕਿ ਬਾਜ਼ਾਰਾਂ ਵਿੱਚ ਸਨਾਂਟਾ ਪਸਰਿਆ ਹੋਇਆ ਸੀਗਾ ਅੱਜ ਮੁਰ ਤੋਂ ਉਹੀ ਸਨਾਂਟਾ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਤੁਹਾਨੂੰ ਫਰੀਦਕੋਟ ਦਾ ਇਹ ਮੇਨ ਬਾਜ਼ਾਰ ਹੈ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਜੇਕਰ ਆਮ ਦਿਨਾਂ ਦੀ ਗੱਲ ਕਰੀਏ ਤਾਂ ਆਮ ਦਿਨਾਂ ਵਿੱਚ ਇੱਥੇ ਆਮ ਦਿਨਾਂ ਵਿੱਚ ਇੱਥੇ ਤੁਹਾਨੂੰ ਆਵਾਜ਼ ਆਹੀ ਜੋ ਹੈ ਬਿਲਕੁਲ ਹੀ ਨਾ ਦੇ ਬਰਾਬਰ ਮਿਲੂਗੀ ਕਿਉਂਕਿ ਇੱਥੇ ਪੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੈਦਲ ਤੱਕ ਤੁਰਨਾ ਮੁਸ਼ਕਿਲ ਹੁੰਦਾ ਪਰ ਅੱਜ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਗੱਡੀਆਂ ਵੀ ਖੜੀਆਂ ਨੇ ਆਮ ਤੌਰ ਤੇ ਇੱਥੇ ਗੱਡੀਆਂ ਜੋ ਜਾਂਦੀਆਂ ਨੇ ਤਾਂ ਜਾਮ ਇੱਥੇ ਅਕਸਰ ਹੀ ਲੱਗਾ ਰਹਿੰਦਾ ਹੈ ਪਰ ਆਪ ਤੁਸੀਂ ਵੇਖ ਸਕਦੇ ਹੋ ਕਿ तमाम ਦੁਕਾਨਦਾਰ ਜੋ ਨੇ ਤੋਂ ਨਾ ਦੇ ਦੁਕਾਨਾਂ ਦੇ ਬਾਹਰ ਖੜੇ ਹੋਏ ਦਿਖਾਈ ਦੇਣਗੇ ਅਤੇ ਦੁਕਾਨਾਂ ਜੋ ਨੇ तकरीबन ਸਾਰੀਆਂ ਦੁਕਾਨਾਂ ਆਸ ਤੋਂ ਇੱਥੇ ਬੰਦ ਦਿਖਾਈ ਦੇਣਗੀਆਂ ਫਰੀਦਕੋਟ ਦਾ ਮੇਨ ਬਾਜ਼ਾਰ ਹੈ ਚਾਹੇ ਗੱਲ ਕੀਤੀ ਜਾਵੇ ਮੇਨ ਬਾਜ਼ਾਰ ਦੇ ਨਾਲ-ਨਾਲ ਮੇਨ ਰਸਤਿਆਂ ਦੀ ਸਾਰੇ ਰਸਤੇ ਜੋ ਨੇ ਤਕਰੀਬਨ ਤਕਰੀਬਨ ਅੱਜ ਬੰਦ ਨੇ ਤਾਂ ਇਹ ਮੇਨ ਬਾਜ਼ਾਰ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਆਮ ਦਿਨਾਂ ਵਿੱਚ ਪੈਦਲ ਲੰਘਣਾ ਵੀ ਇੱਥੋਂ ਦੀ ਮੁਸ਼ਕਿਲ ਹੁੰਦਾ ਹੈ ਅਤੇ ਅੱਜ ਦੀ ਗੱਲ ਕਰੀਏ ਅੱਜ ਬਾਜ਼ਾਰ ਬਿਲਕੁਲ ਖਾਲੀ ਨੇ ਬਿਲਕੁਲ ਸਨਾਟਾ ਪਸਰਿਆ ਹੋਇਆ ਹੈ ਸੇਮ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਲੋਕਡਾਊਨ ਵਿੱਚ ਇੱਥੇ ਤੁਹਾਨੂੰ ਦਿਖਾਈ ਦਿੰਦਾ ਸੀਗਾ ਉਸ ਦੌਰਾਨ ਦੀ ਤਸਵੀਰਾਂ ਤੁਸੀਂ ਵੇਖੀਆਂ ਤੇ ਅੱਜ ਤੋਂ ਮੁਰਦ ਤੋਂ ਉਹੀ ਹਾਲਾਤ ਬਣੇ ਨੇ ਕਿਉਂਕਿ ਇਹ ਬਾਜ਼ਾਰ ਜੋ ਹੈ ਕਾਫੀ ਵਿਅਸਤ ਬਾਜ਼ਾਰ ਹੈ ਫਰੀਦਕੋਟ ਦਾ ਇੱਥੇ ਆਮ ਦਿਨਾਂ ਵਿੱਚ ਤੁਹਾਨੂੰ ਪੈਦਲ ਤੱਕ ਲੰਘਣ ਲਈ ਕੜੀ ਮੁਸ਼ਕਲ ਕਰਨੀ ਪੈਂਦੀ ਹੈ ਆ ਦੁਕਾਨਦਾਰ ਜੋ ਨੇ ਅੱਜ ਦੀ ਜੇਕਰ ਗੱਲ ਕਰੀਏ ਸਵੇਰ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਭਰਪੂਰ ਸਮਰਥਨ ਦਿੱਤਾ ਸਮਰਥਨ ਦੇ ਨਮਦੇ ਨਜ਼ਰੀਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬਾਜ਼ਾਰਾਂ ਵਿੱਚ ਸਨਾਟਾ ਪਸਰਿਆ ਹੋਇਆ ਹੈ ਇੱਕ ਸਿੰਗਲ ਦੁਕਾਨ ਮੇਨ ਬਾਜ਼ਾਰ ਦੀ ਇੱਥੇ ਤੁਹਾਨੂੰ ਖੁੱਲੀ ਹੋਈ ਦਿਖਾਈ ਨਹੀਂ ਦੇਵੇਗੀ ਸਭ ਤੋਂ ਵਿਅਸਤ ਰਹਿਣ ਵਾਲਾ ਇਲਾਕਾ ਫਰੀਦਕੋਟ ਦਾ ਹੈਗਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਨਨਾਟਾ पसਰਿਆ ਹੋਇਆ ਹੈ ਆਮ ਜੋ ਲੋਕ ਨੇ ਉਹ ਵੀ ਇੱਥੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਨੇ ਹਾਲਾਂਕਿ ਆਮ ਲੋਕ ਜੋ ਨੇ ਅਕਸਰ ਵਿਖਾ ਜਾਤਾ ਬਾਜ਼ਾਰ ਬਾਹਰ ਨਿਕਲ ਆ ਨਿਕਲ ਆਂਦੇ ਨੇ ਪਰ ਅੱਜ ਦੀ ਗੱਲ ਕਰੀਏ ਤਾਂ ਉਸੇ ਤਰੀਕੇ ਦਾ ਮਾਹੌਲ ਬਣਿਆ ਜਿਸ ਜਿਸ ਤਰੀਕੇ ਨਾਲ ਲੋਕਡਾਊਨ ਵਿੱਚ ਸੀਗਾ ਲੋਕ ਘਰਾਂ ਦੇ ਵਿੱਚ ਅੱਜ ਉਸੇ ਤਰੀਕੇ ਨਾਲ ਬੈਠੇ ਹੋਏ ਨੇ ਘਰਾਂ ਦੇ ਵਿੱਚ ਰੁਕੇ ਹੋਏ ਨੇ ਬਾਹਰ ਕੋਈ ਵੀ ਵਿਅਕਤੀ ਨਹੀਂ ਨਿਕਲ ਰਿਹਾ ਇਕਾਦਿਕਾ ਜੋ ਲੋਕ ਨੇ ਜ਼ਰੂਰੀ ਕੰਮ ਵਾਲੇ ਉਹ ਇਹ ਤੁਹਾਨੂੰ 12 ਦੇ ਇਥੇ ਆ ਦਿਖਾਈ ਦੇਣਗੇ ਫਰੀਦਕੋਟ ਦਾ ਸਭ ਤੋਂ ਵੈਸਤ ਰਹਿਣ ਵਾਲਾ ਇਲਾਕਾ ਹੈਗਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੋਂਨੇ ਇੱਕ ਪ੍ਰੋਪਰ ਤਸਵੀਰ ਵੀ ਖਾਵਾਂਗਾ ਕਿ ਮੌਜੂਦਾ ਸਥਿਤੀ ਜੋ ਹੈਗੀ ਹੈ ਉਹ ਫਰੀਦਕੋਟ ਦੀ ਕਿਸ ਤਰੀਕੇ ਦੀ ਹੈ ਤੁਸੀਂ ਵੇਖ ਸਕਦੇ ਹੋ ਹਰ ਇੱਕ ਦੁਕਾਨ ਦੇ ਬਾਹਰ ਤਾਲੇ ਲਟਕੇ ਹੋਏ ਤੁਹਾਨੂੰ ਦਿਖਾਈ ਦੇਣਗੇ ਜੇਕਰ ਇੱਧਰ ਦੂਜੇ ਪਾਸੇ ਮੇਰੇ ਸੱਜੇ ਪਾਸੇ ਦੀ ਗੱਲ ਕਰੀਏ ਤਾਂ ਇਹ ਮੇਰਾ ਸੱਜਾ ਪਾਸਾ ਜਿਹੜਾ ਹੈਗਾ ਇੱਥੇ ਤੁਹਾਨੂੰ ਇਹ ਸੁਨਿਆਰਾ ਬਜ਼ਾਰ ਸਰਾਫਾ ਬਾਜ਼ਾਰ ਜਿਸ ਨੂੰ ਕਹਿ ਸਕਦੇ ਆਪਾਂ ਇਹ ਹੋ ਹੈਗਾ ਇੱਥੋਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਜੋ ਤਸਵੀਰਾਂ ਨੇ ਉਹਨਾਂ ਵਿੱਚ ਤੁਹਾਨੂੰ ਦੂਰ ਦੂਰ ਤੱਕ ਸਾਰੀਆਂ ਦੁਕਾਨਾਂ ਜੋ ਨੇ ਤੁਹਾਨੂੰ ਬੰਦ ਦਿਖਾਈ ਦੇਣਗੀਆਂ ਆ ਦੂਰ ਤੱਕ ਨਜ਼ਰ ਮਾਰੀਏ ਕੋਈ ਵੀ ਦੁਕਾਨ ਇੱਥੇ ਖੁੱਲੀ ਹੋਈ ਨਹੀਂ ਹੈ ਆਮ ਦਿਨਾਂ ਵਿੱਚ ਇੱਥੇ ਬੇहद ਬਹੁਤ ਜ਼ਿਆਦਾ ਪੀੜ ਹੁੰਦੀ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਕਿ ਮੌਜੂਦਾ ਸਥਿਤੀ ਕਿਸ ਤਰੀਕੇ ਦੀ ਹੈ ਤਾਂ तमाम ਅੱਗੇ ਦੇ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਅੱਗੇ ਦਾ ਮਾਹੌਲ ਕਿਸ ਤਰੀਕੇ ਦਾ ਹੈ ਇਹ ਰਸਤਾ ਅੱਗੇ ਜਾ ਕੇ ਜੋ ਬਾਬਾ ਫਰੀਦ ਨੂੰ ਜਾ ਕੇ ਮੁੜ ਜਾਂਦਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਲੋਕ ਜੋ ਨੇ ਅਨਤਮਸਤਕ ਹੋਣ ਲਈ ਆਉਂਦੇ ਨੇ ਤਾਂ ਭਰਪੂਰ ਸਮਰਥਨ ਆ ਜਾਂਦੇ ਥੇ ਤਾਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਕਿਹਾ ਜਾਵੇ ਤਾਂ ਅੱਜ ਦਾ ਦਿਨ ਕਿਉਂਕਿ ਜਿਹਦੇ ਸਮਰਥਨ ਦੀ ਗੱਲ ਸੀਗੀ ਕਿ ਅੰਦਾਜ਼ਾ ਲਗਾਇਆ ਜਾਦਾ ਕਿਤਨੇ ਕਿਤੇ ਕੋਈ ਦੁਕਾਨਾਂ ਖੁੱਲੀਆਂ ਤੁਹਾਨੂੰ ਦਿਖਾਈ ਦੇ ਸਕਦੀਆਂ ਨੇ ਪਰ ਇਹ ਸਭ ਕੁਝ ਆ ਜਾ ਇੱਥੇ ਬੰਦ ਹੈ ਦੂਜੇ ਪਾਸੇ ਤੁਹਾਨੂੰ ਨਜ਼ਰ ਮਾਰ ਇਹ ਇਹ ਪੁਰਾਣੀ ਦਾਣਾ ਮੰਡੀ ਦਾ ਇਲਾਕਾ ਹੈ ਜੋ ਤੁਸੀਂ ਵੇਖ ਰਹੇ ਹੋ ਇਸ ਤੇ ਵੀ ਪ੍ਰੋਪਰ ਤੁਹਾਨੂੰ ਦੁਕਾਨਾਂ ਬੰਦ ਦਿਖਾਈ ਦੇਣ ਗਿਆ ਜੋ ਦੁਕਾਨਦਾਰ ਵੀਰ ਨੇ ਤੁਹਾਨੂੰ ਬਾਹਰ ਬੈਠੇ ਹੋਏ ਦਿਖਾਈ ਦੇਣਗੇ तमाम ਦੁਕਾਨਾਂ ਤੇ ਤਾਲੇ ਲਟਕਿਓਏ ਨੇ ਇਹ ਰਸਤਾ ਜੋ ਹੈਗਾ ਅਸੀਂ ਜਾ ਰਹੇ ਇਸ ਵਕਤ ਇਹ ਬਾਬਾ ਫਰੀਦ ਨੂੰ ਜਾਣ ਵਾਲਾ ਮੇਨ ਰਸਤਾ ਹੈਗਾ ਮੇਨ ਬਾਜ਼ਾਰ ਫਰੀਦਕੋਟ ਦੇ ਅਸਲ ਰੂਪ ਕਹਿ ਸਕਦੇ ਆ ਆਮ ਦਿਨਾਂ ਵਿੱਚ ਬਹੁਤ ਜ਼ਿਆਦਾ ਪੇੜ ਇੱਥੇ ਹੁੰਦੀ ਹੈ ਪਰ ਅਸਲ ਗੱਲ ਕਰੀਏ ਦੁਕਾਨਾਂ ਨਾ ਦੇ ਬਰਾਬਰ ਬੰਦ ਨੇ ਬਿਲਕੁਲ ਪ੍ਰੋਪਰ ਬੰਦ ਰਹੇ ਦੁਕਾਨਾਂ ਮਾਫੀ ਚਾਹਾਂਗੇ ਪ੍ਰੋਪਰ ਇੱਥੇ ਦੁਕਾਨਾਂ ਅੱਜ ਬੰਦ ਨੇ ਅਤੇ ਕੋਈ ਵੀ ਵਿਅਕਤੀ ਤੁਹਾਨੂੰ ਇੱਥੇ ਬਾਹਰ ਖੜ੍ਹਾ ਹੋਇਆ ਦਿਖਾਈ ਨਹੀਂ ਦੇਵੇਗਾ ਇਹ ਜੋ ਰੇੜੀਆਂ ਤੁਸੀਂ ਵੇਖ ਸਕਦੇ ਹੋ ਇੱਥੇ ਬਹੁਤ ਅੱਗੇ-ਅੱਗੇ ਤੱਕ ਬਾਜ਼ਾਰ ਅਕਸਰ ਹੀ ਲੱਗਿਆ ਹੁੰਦਾ ਹੈ ਇਹ ਰੇੜੀਆਂ ਦੀਆਂ ਤਸਵੀਰਾਂ ਨੇ ਜੋ ਤਰਪਾਲਾ ਲੱਗੇ ਨੇ ਅੰਦਰ ਰੇੜੀਆਂ ਲੱਗੀਆਂ ਹੁੰਦੀਆਂ ਨੇ ਇੱਥੇ ਬਹੁਤ ਵੱਡਾ ਬਾਜ਼ਾਰ ਇੱਥੇ ਅਕਸਰ ਹੀ ਲੱਗਾ ਰਹ ਇਹ ਤੋਂ ਇਹ ਰਾਜ ਮੈਲ ਦੀ ਤਸਵੀਰਾਂ ਦੇਖ ਰਹੇ ਹਾਂ ਇੱਥੇ ਅਕਸਰ ਹੀ ਬਹੁਤ ਪੀੜਪੜ ਹੁੰਦੀ ਹੈ ਹਾਲਾਂਕਿ ਇਹ ਆਮ ਲੋਕਾਂ ਲਈ ਬੰਦ ਪਰ ਫਿਰ ਵੀ ਬਹੁਤ ਜ਼ਿਆਦਾ ਪੀੜ ਇੱਥੇ ਲੱਗੀ ਰਹਿੰਦੀ ਹੈ ਇਹ ਤੋਂ ਰਸਤਾ ਦਿਖਾ ਦਿੰਦੇ ਹਾਂ ਟੀਲਾ ਬਾਬਾ ਸ਼ੇਖ ਫਰੀਦ ਜੀ ਨੂੰ ਜਾਣ ਵਾਲਾ ਰਸਤਾ ਜਿੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਪ੍ਰੋਪਰ ਇੱਥੇ ਤੁਹਾਨੂੰ ਬੰਦ ਦਿਖਾਈ ਦੇਵੇਗਾ ਇੱਕਾ ਦੁੱਕਾ ਦੁਕਾਨਾਂ ਜੋ ਨੇ ਜ਼ਰੂਰੀ ਕਿਹਾ ਜਾਵੇ ਤਾਂ ਬਹੁਤ ਜ਼ਰੂਰੀ ਚੀਜ਼ਾਂ ਦੀਆਂ ਜੋ ਦੁਕਾਨ ਉਹ ਤੁਹਾਨੂੰ ਹੋ ਸਕਦਾ ਇੱਥੇ ਕੋਈ ਨਾ ਕੋਈ ਦਿਖਾਈ ਦੇਵੇ ਪਰ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਧਾਰਮਿਕ ਮੰਦਿਰ ਹੈਗਾ ਮੰਦਿਰ ਇੱਥੇ ਤੁਹਾਨੂੰ ਅ ਅ ਦੂਜੇ ਪਾਸੇ ਮੇਨ ਬਾਜ਼ਾਰ ਦੀਆਂ ਤਾਂ ਤਮਾਮ ਜੋ ਬਾਜ਼ਾਰ ਦੇ ਤਸਵੀਰਾਂ ਤੁਹਾਡੇ ਸਾਹਮਣੇ ਲੱਗੇ ਕਿਸ ਤਰ੍ਹਾਂ ਕੇਦੀਆਂ ਨੇ ਇਹ ਟੀਲਾ ਬਾਬਾ ਫਰੀਦ ਨੂੰ ਜਾਣ ਵਾਲਾ ਇਹ ਮੇਨ ਰਸਤਾ ਹੈਗਾ ਤਮਾਮ ਦੁਕਾਨਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਦੁਕਾਨਾਂ ਜੋ ਨੇ ਪ੍ਰੋਪਰ ਬੰਦ ਰੱਖੀਆਂ ਹੋਈਆਂ ਨੇ ਲੋਕਾਂ ਨੇ ਤਾਂ ਕਿਹਾ ਜਾਵੇ ਤਾਂ ਬਹੁਤ ਵੱਡਾ ਸਮਰਥਨ ਅੱਜ ਇਸ ਮੰਦ ਨੂੰ ਮਿਲ ਰਿਹਾ ਹੈ ਇਹ ਟੀਲਾ ਬਾਬਾ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਇੱਥੇ ਵੱਡੇ ਗਿੰਦੀ ਵਿੱਚ ਲੋਕ ਤੁਹਾਨੂੰ ਨਤਮਸਤਕ ਹੋਏ ਇੱਥੇ ਦਿਖਾਈ ਦਿੰਦੇ ਨੇ ਰੋਜ਼ਾਨਾ ਹੀ ਲੋਕ ਵੱਡੀ ਤਾਦਾਦ ਵਿੱਚ ਆਉਂਦੇ ਨੇ ਕਿਉਂਕਿ ਧਾਰਮਿਕ ਸਥਾਨ ਹੋਣ ਦੇ ਨਾਤੇ ਇੱਥੇ ਪ੍ਰੋਪਰ ਕਿਹਾ ਜਾਂਦਾ ਹੈ ਤਾਂ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਪਰ ਦੂਜੇ ਪਾਸੇ ਕਿ ਇਹ ਦੁਕਾਨਦਾਰ ਵੀਰ ਨੇ ਜੋ ਕਿ ਅੱਜ ਬਾਹਰ ਖੜੇ ਹੋਏ ਨੇ ਦੁਕਾਨਾਂ ਦੇ ਬਾਹਰ ਪੁਰਪੋਰ ਬੋਰ ਸਮਰਥਨ ਅੱਜ ਕਿਸਾਨਾਂ ਨੂੰ ਇੱਥੇ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ तमाम ਤਸਵੀਰਾਂ ਅੱਜ ਇਹ ਬਿਆਨ ਕਰਦੀਆਂ ਨੇ ਕਿ ਜੋ ਤਿੰਨੇ ਕ੍ਰਿਸ਼ੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਬਰੂਹਾ ਤੇ ਕਿਸਾਨ ਬੈਠੇ ਹੋਏ ਨੇ ਕਿਸਾਨ ਡਟੇ ਹੋਏ ਨੇ ਉਹਨਾਂ ਨੂੰ ਆਮ ਲੋਕਜੋ ਨੇ ਆਮ ਵਪਾਰੀ ਵਰਗ ਦੀ ਗੱਲ ਕੀਤੀ ਜਾਵੇ ਜਾਂ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਉਹ ਕਿੰਨਾ ਕੋਨਾਂ ਨੂੰ ਸਮਰਥਨ ਕਰਦਾ ਹੈ ਇਹ ਤਸਵੀਰਾਂ ਮੁਰ ਤੋਂ ਅਸੀਂ ਇਸ ਲਈ ਇਹ ਗੱਲ ਅਸੀਂ ਇਸ ਲਈ ਦੁਹਰਾ ਰਹੇ ਕਿਉਂਕਿ ਸੇਮ ਤਸਵੀਰਾਂ ਜੋ ਨੇ ਤੁਹਾਨੂੰ ਅਸੀਂ ਲੋਕਡਾਊਨ ਵਿੱਚ ਹੀ ਦਿਖਾਈਆਂ ਸੀ ਲੋਕਡਾਊਨ ਤੋਂ ਬਾਅਦ ਤਮਾਮ ਤਰੀਕੇ ਤੇ ਬੰਦ ਹੁੰਦੇ ਰਹਿੰਦੇ ਨੇ ਪਰ ਜਿਸ ਤਰੀਕੇ ਦਾ ਹੰਗਾਰਾ ਇਸ ਬੰਦ ਨੂੰ ਮਿਲਿਆ ਹੈ ਇਹ ਬਿਲਕੁਲ ਕਹਿਣੀ ਉਹ ਗੱਲ ਹੈ ਕਿਉਂਕਿ ਇਹੋ ਜਿਹਾ ਬੰਦ ਪਹਿਲੇ ਆ ਹੋਰ ਜੋ ਕੋਈ ਵੀ ਨੁਮਾਇੰਦਗੀ ਕੋਈ ਜਥੇਬੰਦੀ ਕੋਈ ਵੀ ਬੰਦ ਕਰਾਂਦੀ ਹੈ ਤਾਂ ਇੰਨਾ ਵੱਡਾ ਸਮਰਥਨ ਉਸ ਨੂੰ ਨਹੀਂ ਮਿਲਦਾ ਜਿੰਨਾ ਵੱਡਾ ਸਮਰਥਨ ਕੇ ਅੱਜ ਇੱਥੇ ਇਸ ਬੰਦ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਮੇਨ ਬਾਜ਼ਾਰ ਹੈ ਆਪ ਬਹੁਤ ਪੀੜ ਪੜ ਵਾਲੇ ਇਲਾਕੇ ਜਿੱਥੇ ਕਿ ਇਸ ਵਕ ਸਨਾਟਾ ਪਸਰਾ ਬਹੁਤ ਵੱਡਾ ਸਮਰਤਨ ਆਪਾਂ ਇਸ ਨੂੰ ਕਹਿ ਸਕਦੇ ਆ ਦੂਜੇ ਪਾਸੇ ਗੱਲ ਕਰੀਏ ਤਾਂ ਇਹ ਸਾਹਮਣੇ ਬਿਲਕੁਲ ਤੁਸੀਂ ਦੇਖ ਰਹੇ ਹੋ ਫਰੀਦਕੋਟ ਦਾ ਡੋਲਫਿਨ ਚੌਕ ਹੈ ਅਕਸਰ ਇੱਥੇ ਬਹੁਤ ਜ਼ਿਆਦਾ ਪੀੜ ਪੜ ਰਹਿੰਦੇ ਨੂੰ ਕੰਮੇਣਾ ਗੇਟ ਵੀ ਕਹਿੰਦੇ ਨੇ ਕੰਮੇਣਾ ਚੌਕ ਵੀ ਕਹਿੰਦੇ ਨੇ ਇਸ ਨੂੰ ਆਪਾਂ ਇਹ ਤਸਵੀਰਾਂ ਉਸ ਚੌਕ ਦੀਆਂ ਨੇ ਤਾਂ तमाम ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੌਜੂਦਾ ਸਥਿਤੀ ਇੱਥੇ ਕਿਸ ਤਰੀਕੇ ਦੀ ਹੈ ਤਾਂ ਜੋ ਗੱਲਬਾਤ ਕੀਤੀ ਜਾਵੇ ਸਿਕਿਉਰਿਟੀ ਪਰਪਸ ਨਾਲ ਪੁਲਿਸ ਕਰਮੀਆਂ ਇੱਥੇ ਹਰ ਚੌਂਕ ਵਿੱਚ ਤਾਇਨਾਤ ਕੀਤੇ ਗਏ ਨੇ ਤਾਂਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰੀਕੇ ਦੀ ਸ਼ਰਾਰਤबाजी ਨਾ ਕਰ ਸਕੇ ਤਾਂ ਸਮੇਂ-ਸਮੇਂ ਤੇ ਹੋਰ ਵੀ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਫਿਲਹਾਲ ਦੀ ਗੱਲ ਕਰੀਏ ਤਾਂ ਇਹ ਰਸਤਾ ਜੋ ਸਕੂਲਰ ਰੋਡ ਇਹ ਫਰੀਦਕੋਟ ਦਾ ਹੈ ਜੋ ਤੁਸੀਂ ਵੇਖ ਰਹੇ ਹੋ ਤਾਂ ਅੱਜ ਦੀਆਂ ਤਸਵੀਰਾਂ ਇਸ ਲਈ ਖਾਸ ਨੇ ਕਿਉਂਕਿ ਇਹੋ ਜਿਹਾ ਬੰਦ ਪਹਿਲੇ ਇੰਨਾ ਵੱਡਾ ਸਮਰਥਨ ਨਹੀਂ ਇੱਥੇ ਵੇਖਣ ਨੂੰ ਮਿਲਦਾ ਸੀ ਕਿਸੇ ਬੰਦ ਨੂੰ ਪਰ ਅੱਜ ਦੇ ਬੰਦ ਦੀ ਗੱਲ ਕਰੀਏ ਤਾਂ ਵੇਖ ਸਕਦੇ ਵੱਡੇ-ਵੱਡੇ ਹੋਟਲਸ ਜੋ ਨੇ ਉਹ ਬੰਦ ਨੇ تمام ਜਿਹੜੇ ਜੱਜ ਹੋਣੇ ਸਤੋਂ ਅੱਜ ਬੰਦ ਦਿਖਾਈ ਦੇਣ ਗਿਆ ਕਿਉਂਕਿ ਆ ਕਿਸਾਨਾਂ ਉਹ ਲੋਕ ਇੱਕ ਬਹੁਤ ਵੱਡਾ ਸੱਦਾ ਦਿੱਤਾ ਗਿਆ ਸੀਗਾ ਬੰਦ ਆ ਉਹ ਸੱਦਾ ਅੱਜ ਇੱਥੇ ਪੂਰਾ ਹੁੰਦਾ ਦਿਖਾਈ ਦੇ ਰਿਹਾ ਬਹੁਤ ਵੱਡਾ ਸਮਰਥਨ ਕਿਸਾਨਾਂ ਨੂੰ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਤਾਂ ਬਿਲਕੁਲ ਤਾਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਸ ਵਕਤ ਇਸ ਤਰੀਕੇ ਦੀਆਂ ਨੇ ਇਸ ਤੋਂ ਅੱਗੇ ਜਾ ਕੇ ਗੱਲ ਕਰੀਏ ਤਾਂ ਅੱਗੇ ਜਾ ਕੇ ਮੇਨ ਚੌਕ ਫੁਹਾਰਾ ਚੌਕ ਆ ਜਾਂਦਾ ਹੈ ਜੁਗਲੀ ਚੌਕ ਜਿਸ ਨੂੰ ਕਹਿ ਦਿੰਦੇ ਆਪਾਂ ਉਥੇ ਜਾ ਕੇ ਅਸੀਂ ਇਸ ਦੀ ਸਮਾਪਤੀ ਕਰਾਂਗੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਇਸ ਦੇ ਬੰਦ ਦੀ ਤਾਂ तमाम ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਦੀਆਂ ਨੇ ਬਹੁਤ ਵੱਡਾ ਹੁੰਗਾਰਾ ਇੱਥੇ ਅੱਜ ਮਿਲ ਰਿਹਾ ਹੈ ਇਸ ਬੰਦ ਨੂੰ ਕਿਉਂਕਿ तमाम ਤਸਵੀਰਾਂ ਸਿੱਗੀਆਂ ਜਿਨ੍ਹਾਂ ਤੇ ਲੈ ਕੇ ਗੱਲਬਾਤ ਕੀਤੀ ਜਾ ਰਹੀ ਸੀ ਕਿ तमाम ਲੋਕ ਕਹਿ ਵੀ ਰਹੇ ਸੀਗੇ ਕਿ ਸ਼ਾਇਦ ਬੰਦ ਇੰਨਾ کارਗਰ ਸਿੱਧ ਨਾ ਹੋਵੇ ਪਰ ਇਸ ਬੰਦ ਨੇ ਦਿਖਾਇਆ ਹੈ ਕਿ ਜੋ ਆਮ ਲੋਕ ਨੇ ਜੋ ਕਿਸਾਨ ਨੇ ਉਹਨਾਂ ਦੀ ਜੋ ਮੰਗ ਹੈ ਉਹ ਕਿਤਨਾ ਕਿਤੇ ਜਾਇਜ਼ ਹੈ ਅਸੀਂ ਕਹਿ ਸਕਦੇ ਕਿਉਂਕਿ ਲੋਕਾਂ ਨੇ ਇੱਕ ਮੰਗ ਸੀਗੀ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਪਰ ਦੂਜੇ ਪਾਸੇ ਡੇਡਲੌਕ ਇਸ ਵਕਤ ਜੋ ਹੈ ਲੱਗਾ ਹੋਇਆ ਕਿਸਾਨਾਂ ਦੇ ਤੇ ਸਰਕਾਰ ਦੇ ਵਿਚਕਾਰ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ ਪਿੱਛੇ ਇੱਕ ਸੂਚਨਾ ਆਈ ਸੀ ਕਿ ਕੁਝ 11 ਮੈਂਬਰੀ ਟੀਮ ਦੀ ਗੱਲ ਆ ਰਹੀ ਸੀ ਕਿ 11 ਮੈਂਬਰੀ ਟੀਮ ਕੋਈ ਬਣਾਈ ਜਾ ਰਹੀ ਹੈ ਤਾਂ ਉਸਤੇ ਵੀ ਸਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰਤਾ ਸੀਗਾ ਕਿ ਕੋਈ ਵੀ ਇਹੋ ਜੀ ਕੰਡੀਸ਼ਨ ਨਹੀਂ ਇਹੋ ਜੀ ਗੱਲਬਾਤ ਨਹੀਂ ਹੈ ਕਿ ਕੋਈ ਵੀ 11 ਮੈਂਬਰੀ ਕਮੇਟੀ ਕੋਈ ਮੁਲਾਕਾਤ ਕਰੇਗੀ ਤਾਂ तमाम ਤਸਵੀਰਾਂ ਜੋ ਨੇ ਇਹ ਅੱਜ ਦੀਆਂ ਤੁਸੀਂ ਵੇਖ ਰਹੇ ਹੋ ਫਰੀਦਕੋਟ ਦੇ ਹਾਲ ਤੁਸੀਂ ਦਿਖਾਇਆ ਕਿ ਮੌਜੂਦਾ ਹਾਲ ਫਰੀਦਕੋਟ ਦਾ ਕਿਸ ਤਰੀਕੇ ਨਾਲ ਬਿਲਕੁਲ ਸਨਨਾਟਾ ਬਸਰਿਆ ਹੋਇਆ ਹੈ ਫਰੀਦਕੋਟ ਸ਼ਹਿਰ ਦੇ ਵਿੱਚ ਕਿਹਾ ਜਾਵੇ ਕੋਈ ਵੀ ਦੁਕਾਨ ਕੋਈ ਵੀ ਚੀਜ਼ ਅੱਜ ਖੁੱਲੀ ਹੋਈ ਤੋਂ ਇੱਥੇ ਨਹੀਂ ਦਿਖਾਈ ਦੇਵੇਗੀ ਕਿਉਂਕਿ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਪੁਲਿਸ ਵੱਲੋਂ ਜੋ ਹੈ तमाम ਬੰਦੋਬਸਤ ਕੀਤੇ ਗਏ ਨੇ ਇੱਥੇ ਪੁਲਿਸ ਕਰਮੀ ਤੁਹਾਨੂੰ ਬੈਠੇ ਹੋਏ ਦਿਖਾਈ ਦੇਣਗੇ ਖੜੇ ਹੋਏ ਦਿਖਾਈ ਦੇਣਗੇ ਕਿ ਜੋਗ ਦੀ ਡਿਊਟੀ ਤੇ ਤੈਨਾਤ ਨੇ ਪ੍ਰੋਪਰ ਤਾਂ ਕਿਹਾ ਜਾਵੇ ਤਾਂ ਅੱਜ ਦਾ ਬੰਦ ਬਹੁਤ ਸਫਲ ਬੰਦ ਰਹਿਣ ਵਾਲਾ ਹੈ ਤਾਂ ਤਸਵੀਰਾਂ ਤੁਸੀਂ ਫਰੀਦਕੋਟ ਦੀਆਂ ਵੇਖ ਰਹੇ ਹੋ ਮੌਜੂਦਾ ਹਾਲਾਤ ਕਿਸ ਤਰੀਕੇ ਦੇ ਨੇ ਜੁਗਲੀ ਚੋਕੇ ਫਰੀਦਕੋਟ ਦਾ ਹੈਗਾ ਜਿਥੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਲੈਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਪੁਲਿਸ ਕਰਮੀਆਂ ਤੇ ਤਾਇਨਾਤ ਕੀਤੇ ਗਏ ਨੇ ਭਾਈ ਜੀ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਿਆ ਜਾ ਰਿਹਾ ਕੋਈ ਚੈਕਿੰਗ ਵਾਰਾ ਕੀਤੇ ਜਾ ਰਿਹਾ ਚੈਕਿੰਗ ਹੋ ਰਹੀ ਹੈ ਜੀ ਚੋਰ ਤੋਂ ਹੁੰਦੀ ਹੈ ਚ ਆ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਬਾਜੀ ਨਾ ਕਰੇ ਕਿਹੜੀ ਕਿਹੜੀ ਗੱਲਾਂ ਧਿਆਨ ਦੇਣਾ ਕੋਈ ਵੈਪਨ ਨਾ ਹੋਵੇ ਜੇ ਵੈਪਨ ਲੋਗੋ ਤੇ ਪ੍ਰੋਪਰ ਆ ਕੇ ਜਾਵੇਗੇ ਆਪਣਾ ਬੈਲਟ ਅੰਦਰ ਨਹੀਂ ਚੱਲੂਗਾ ਕੁਝ ਵੀ ਇਹ ਚੀਜ਼ਾਂ ਧਿਆਨ ਰੱਖਣਾ ਪੈਂਦਾ ਚਾਹੀਦਾ ਤਾਂ ਲੈਂਡ ਆਰਡਰ ਸਥਿਤੀ ਨੂੰ ਪ੍ਰੋਪਰ ਰੱਖਣ ਲਈ ਵੀ ਪੁਲਿਸ ਕਰਮਚਾਰੀ ਤਾਂ ਆਤਨੇ ਇੱਕ ਵਾਰ ਪ੍ਰੋਪਰ ਚੌਂਕ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਕਾਫੀ ਵਿਅਸਤ ਰਹਿਣ ਵਾਲੇ ਇਲਾਕੇ ਪੂਰੇ ਸ਼ਹਿਰ ਦਾ ਰਾਊਂਡ ਤੁਹਾਨੂੰ ਦਿਖਾਇਆ ਹੈ ਕਿ ਪੂਰੇ ਸ਼ਹਿਰ ਦਾ ਮਾਹੌਲ ਕਿਸ ਤਰੀਕੇ ਦਾ ਸੀਗਾ ਆ ਸਾਰੇ ਬਾਜ਼ਾਰ ਬੰਦ ਨੇ ਸਾਰੇ ਸਿੱਖਿਆ ادارے ਜੋ ਨੇ ਉਹ ਬੰਦ ਨੇ ਹਰ ਇੱਕ ਚੀ ਇੱਕ ਜੋ ਤਿੰਨੇ ਕਿਸੇ ਬਿੱਲ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਸੇ ਜੋ ਕਿਤੇ ਜਾ ਰਿਹਾ ਉਸ ਨੂੰ ਲੈ ਕੇ ਭਾਰਤ ਬੰਦਾ ਅੱਜ ਸਦạch ਦਿੱਤਾ ਗਿਆ ਸੀਗਾ ਸੂਕਤ ਕਿਸਾਨ ਮੋਰਚੇ ਵੱਲੋਂ ਉਹ ਅੱਜ ਇੱਥੇ ਪੂਰਨ ਤੌਰ ਤੇ ਸਵਲ ਹੁੰਦਾ ਹੋਇਆ ਦਿਖਾਈ ਦੇ ਰਹਾ ਫਿਲਹਾਲ ਦੇਖਦੇ ਹਾਂ ਕਿ ਸਵੇਰ 6 ਤੋਂ ਸ਼ਾਮ 6 ਵਜੇ ਤੱਕ ਦਾ ਜੋ ਸਮਾਂ ਦਿੱਤਾ ਗਿਆ ਹੈ ਇਸ ਦੌਰਾਨ ਹੋਰ ਵੱਖਰੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਫਰੀਦਕੋਟ ਤੋਂ ਕੈਮਰਾ ਬਸਨ ਮਰਪੀ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇ 8058558838617